ਅਮਨ ਰਾਮ ਗੜੀਆ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਕਾਫੀ ਟੋਲ ਕੀਤਾ ਜਾ ਰਿਹਾ ਸੀ ਜਿਸ ਉੱਤੇ ਅਮਨ ਰਾਮ ਗੜੀਆ ਖੁੱਲ ਕੇ ਬੋਲੀ ਅਮਨ ਨੇ ਲਿਖਿਆ ਕੁਝ ਕ ਦਿਨਾਂ ਤੋਂ ਇੱਕ ਟੌਪਿਕ ਬਹੁਤ ਚੱਲ ਰਿਹਾ ਮੇਰੇ ਰਿਲੇਟਿਡ ਪਰ ਮੇਰੇ ਚ ਹਿੰਮਤ ਨਹੀਂ ਪੈ ਰਹੀ ਸੀ ਤੇ ਨਾ ਹੀ ਸਮਝ ਲੱਗ ਰਹੀ ਸੀ ਕਿ ਮੈਂ ਕਿਵੇਂ ਬੋਲਾਂ ਜਾਂ ਕੀ ਬੋਲਾਂ ਧੁੰਨ ਹੱਥੋਂ ਪਰ ਹੋ ਚੁਕੀ ਹੈ ਗੱਲ ਕਈ ਇੰਸਟਾਗ੍ਰam ਪੇजेस ਆਪਣੇ ਕੁਝ ਟਾਈਮ ਦੇ ਮਜ਼ੇ ਲਈ ਕਹਿ ਸਕਦੇ ਆ ਜਾਂ ਮੇਰੇ ਤੇ ਗੁੱਸਾ ਕੀ ਉਹ ਕੱਢਣ ਲਈ ਤੇ ਜਾਂ ਆਪਣੇ ਕੁਝ ਕੇ ਫੋਲੋਅਰਸ ਫੜਉਣ ਲਈ ਮੇਰੀ ਉਸ ਚੀਜ਼ ਨੂੰ ਹਰ ਸੋਸ਼ਲ ਮੀਡੀਆ ਦੇ ਪਲੈਟਫਾਰਮਸ ਤੇ ਬਹੁਤ ਜ਼ਿਆਦਾ ਪ੍ਰਮੋਟ ਕਰ ਰਹੇ ਨੇ ਇਹ ਸੋਚੋ ਬਗੈਰ ਕਿ ਮੇਰੇ ਜਾਂ ਮੇਰੀ ਫੈਮਿਲੀ ਤੇ ਇਸ ਚੀਜ਼ ਦਾ ਕੀ ਅਸਰ ਪਏਗਾ ਠੀਕ ਇਜ਼ ਦੈਟ ਮੇਰੀ ਇੰਨੀ ਕ ਗਲਤੀ ਸੀ ਕਿ ਮੈਂ ਉਸ ਇਨਸਾਨ ਨੂੰ ਪਰਮਿਸ਼ਨ ਦੇ ਦਿੱਤੀ ਰਿਕਾਰਡ ਕਰਨ ਦੀ ਜਸਟ ਬਿਕੋਜ਼ ਆ ਯੂਸਡ ਟੂ ਟਰਸਟ ਹਿਮ ਬਲਾਈਂਡਲੀ ਐਟ ਦੈਟ ਟਾਈਮ ਆਈ ਨੇਵਰ ਨਿਊ ਕਿ ਅੱਗੇ ਜਾ ਕੇ ਮੇਰੇ ਨਾਲ ਇਹ ਵੀ ਹੋ ਸਕਦਾ ਬਟ ਹੁੰ ਜੋ ਹੁਣ ਅਸੀਂ ਉਹ ਹੋ ਗਿਆ ਸਭ ਕੁਝ ਜਿਹੜੀ ਜਿਹੜੀ ਗੱਲ ਦਾ ਡਰ ਸੀ ਤੇ ਮੈਂ ਇੰਨਾ ਪਿੱਛੇ ਦਿਨ ਬਹੁਤ ਜ਼ਿਆਦਾ ਡਿਪਰੈਸਡ ਘਟ ਰਹੀ ਹਾਂ ਮੇਰੇ ਫਰੈਂਡ ਸਰਕਲ ਨੂੰ ਵੀ ਪਤਾ ਹੈ ਮੇਰੀ ਫੈਮਲੀ ਨੂੰ ਵੀ ਪਤਾ ਹੈ ਕਿ ਮੇਰੇ ਕੀ ਹਾਲਾਤ ਸੀ ਇਹ ਸਭ ਹੋਣ ਤੋਂ ਬਾਅਦ ਇਵਨ ਕਿ ਆਈ ਟ్రਾਈਡ ਟੂ ਹਰਟ ਮਾਈ ਸੈਲਫ ਟੂ ਮਨੀ ਟਾਈਮਸ ਮਾਦਾ ਨਹੀਂ ਕਿਸਮਤ ਕਹਿ ਸਕਦੀਆਂ ਕਿ ਪਰ ਮੈਂ ਹਰ ਵਾਰ ਹੀ ਸਰਵਾਈਵ ਕਰ ਗਈ ਮੈਂ ਐਵੇਂ ਦੀ ਨਹੀਂ ਕੀਤੀ ਮੈਂ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਸਭ ਨੂੰ ਦੱਸਿਆ ਕਿ ਹਾਂ ਮੈਂ ਇਹ ਕਰ ਲਿਆ ਖੁਦ ਨੂੰ ਇਹ ਕੁਛ ਵੀ ਮੈਂ ਉਸ ਦਿਨ ਦੀ ਸੋਸ਼ਲ ਮੀਡੀਆ ਤੇ ਬਹੁਤ ਹੀ ਦੂਰ ਰਹੀ ਹਾਂ ਕਈ ਪੇजेस ਵਾਲੇ ਇਸ ਚੀਜ਼ ਨੂੰ ਜਿੰਨੀ ਹੈ ਉਸ ਤੋਂ ਵਧਾ ਕੇ ਦੱਸ ਰਹੇ ਨੇ ਬਸ ਆਪਣੇ ਕੁਝ ਫੋਲੋਅਰਸ ਵਧਾਣ ਲਈ ਜੋ ਮੈਨੂੰ ਬਹੁਤ ਹਟਕਾਰੀ ਗੱਲ ਤੇ ਉਸ ਇਨਸਾਨ ਦੀ ਵੀ ਆਈ ਥਿੰਕ ਕੋਈ ਜ਼ਮੀਰ ਹੀ ਨਹੀਂ ਸੀ ਜਿਨੇ ਇਹ ਸਭ ਕਰ ਦਿੱਤਾ ਮੇਰੇ ਨਾਲ ਕਹਿੰਦੇ ਨੇ ਜਿਸ ਦੇ ਘਰ ਮਾਂ ਪੈਣ ਹੋਵੇ ਉਹ ਸਮਝਦਾ ਹੁੰਦਾ ਬਟ ਉਹਦੇ ਘਰ ਮਾਂ ਤੇ ਪੈਣ ਦੋਨੇ ਹੋਣ ਦੇ ਬਾਵਜੂਦ ਉਹਨੇ ਇਹ ਸਹੀ ਸਮਝਿਆ ਕਰਨਾ ਤਮਾਉਨੋ ਬੰਦਿਆਂ ਚ ਹੀ ਨਹੀਂ ਗਿੰਦੀ ਬਿਕੋਸ ਇਹ ਪਰਸਨਲ ਚੀਜ਼ਾਂ ਸੀ ਜੋ ਕਿ ਬਾਹਰ ਨਹੀਂ ਆਉਣੀਆਂ ਚਾਹੀਦੀਆਂ ਸੀ ਹਰ ਕੋਈ ਇਨਸਾਨ ਆਪਣੀ ਲਾਈਫ ਚ ਸਭ ਕੁਝ ਕਰਦਾ ਇਵਨ ਕਿ ਤੁਸੀਂ ਵੀ ਸਭ ਕਰਦੇ ਹੋਵੋਗੇ ਬਸ ਮੇਰੀ ਗਲਤੀ ਇੰਨੇ ਕ ਸੀ ਕਿ ਮੈਂ ਪਰਮਿਸ਼ਨ ਦੇ ਦਿੱਤੀ ਰਿਕਾਰਡ ਕਰਨ ਦੀ ਇਹ ਕਲਿੱਪਸ ਨਵੰਬਰ 2022 ਦੀਆਂ ਨੇ ਤੁਸੀਂ ਖੁਦ ਸੋਚੋ ਅਗਰ ਤੁਹਾਡੀ ਫੈਮਿਲੀ ਵਿੱਚ ਕਿਸੇ ਨਾਲ ਐਵੇਂ ਹੋਇਆ ਕਿਸੇ ਦੀ ਪੁਰਾਣੀ ਕਲਿੱਪਸ ਇਦਾਂ ਬਾਹਰ ਆਣ ਤੇ ਕੀ ਬੀਤੇਗੀ ਤੁਹਾਡੇ ਤੇ ਜਾਂ ਤੁਹਾਡੀ ਫੈਮਿਲੀ ਤੇ ਤੁਸੀਂ ਖੁਦ ਪਾਵੇਂ ਸਭ ਨਾ ਕਰੋ ਪਰ ਤੁਹਾਡੀ ਫੈਮਿਲੀ ਦੇ ਮਾਈਂਡਸੈਟ ਨਹੀਂ ਪਤਾ ਤੁਹਾਨੂੰ ਕੀ ਪਤਾ ਕਿਸੇ ਨੇ ਕਰਿਆ ਵੀ ਹੋਵੇ ਇਦਾਂ ਦੀ ਗੋੜ ਬੱਸ ਦਬ ਜਾਂਦਾ ਪਰ ਮੈਂ ਤਾਂ ਇਹੀ ਕਹਾਂਗੀ ਕਿ ਇਦਾਂ ਦੀ ਹਰਕਤਾਂ ਦੁਸ਼ਮਣ ਦੇ ਨਾਲ ਵੀ ਨਾ ਹੋਵੇ ਆਈ ਵਾਂਟ ਟੂ ਅਵੇਅਰ ਗਰਲਸ ਕਿ ਕੁਝ ਵੀ ਹੋ ਜਾਵੇ ਕਿਸੇ ਤੇ ਵੀ ਚੀਜ਼ ਨੂੰ ਲੈ ਕੇ ਕਦੀ ਯਕੀਨ ਨਾ ਕਰੋ ਚਾਹੇ ਅਗਲਾ ਜਿੰਨੀ ਮਰਜ਼ੀ ਕਰਦਾ ਹੋਵੇ ਤੁਹਾਡਾ ਮੇਰੇ ਨਾਲ ਤਾਂ ਇਹ ਹੋ ਗਿਆ ਬਟ ਨਾਓ ਯੂ ਗਾਇਜ਼ ਸ਼ੁੱਡ ਬੀ ਅਵੇਅਰ ਪਲੀਜ਼ ਥੋੜਾ ਸਮਝਦਾਰ ਬਣੋ ਤੇ ਇਸ ਨੂੰ ਸ਼ੇਅਰ ਕਰਨਾ ਬੰਦ ਕਰੋ ਮੈਂ ਬਸ ਰਿਕੁਐਸਟ ਹੀ ਕਰ ਸਕਦੀ ਹਾਂ ਤੁਹਾਨੂੰ ਸਭ ਨੂੰ ਅੱਜ ਕੁਝ ਟਾਈਮ ਦੇ ਮਜ਼ਾਕ ਲਈ ਕਿ ਕਿਸੇ ਕੁੜੀ ਦੀ ਵੀਡੀਓ ਆ ਗਈ ਦੇਖੀਏ ਆਪਾਂ ਅੱਗੇ ਫੋਰਵਰਡ ਕਰੀਏ ਤੁਸੀਂ ਕਿਸੇ ਦੀ ਲਾਈਫ ਨਾਲ ਕਿਦਾਂ ਖੇਡ ਰਹੇ ਹੋ ਤੁਹਾਨੂੰ ਪਤਾ ਵੀ ਨਹੀਂ ਲੱਗ ਰਿਹਾ ਕੋਈ ਗੱਲ ਨਹੀਂ ਰੱਬ ਸਭ ਦੇਖਦਾ ਹੈ ਟਾਈਮ ਤਾਂ ਹਰ ਕਿਸੇ ਦਾ ਆਉਂਦਾ ਹੀ ਹੈ ਮਾੜਾ ਚੰਗਾ ਆਈ ਅਪੋਲੋਜਾਈਜ਼ ਫੋਰ ਦ ਥਿੰਗ ਆਈ ਹੈਵ ਡਨ ਕਿਉਂਕਿ ਜਿੱਥੇ ਕਈ ਲੋਕਾਂ ਨੇ ਮਜ਼ੇ ਦਿੱਤੇ ਮੈਨੂੰ ਡਿਫੇਮ ਹੁੰਦੇ ਦੇਖ ਉੱਥੇ ਕਈ ਲੋਕ ਹਰਟ ਵੀ ਹੋਏ ਆ ਇਹਨੂੰ ਮੇਰੀ ਗਲਤੀ ਸੀ ਐਂਡ ਹੁਣ ਮੈਂ ਸਾਈਬਰ ਰਿਪ ਸਭ ਨੂੰ ਇਹ ਰਿਕਵੈਸਟ ਹੈ ਕਿ ਇਦਾਂ ਦੀਆਂ ਚੀਜ਼ਾਂ ਤੋਂ ਅਵੇਅਰ ਰਹੋ ਤੇ ਉਹ ਕਲਿੱਪਸ ਨੂੰ ਫੋਰਵਰਡ ਨਾ ਕਰੋ ਵਾਇਰਲ ਕਰਨਾ ਬੰਦ ਕਰ ਦਿਓ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਹੇਟ ਮਿਲ ਰਹੀ ਹੈ ਇੰਨਾ ਪਲੀਜ਼ ਸੁਣੋ ਕਿ ਇਨਸਾਨੀਅਤ ਦੇ ਨਾਤੇ ਇਹ ਗੱਲਾਂ ਨੂੰ ਥੋੜਾ ਸਮਝੋ ਵਿਦ ਸਪੋਰਟ ਆਫ ਮਾਈ ਲਵਡ ਵਨਸ ਮੈਂ ਦੁਬਾਰਾ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਹੋਵਾਂਗੀ ਕਿਉਂਕਿ ਮੈਂ ਪਹਿਲੇ ਵੀ ਕੰਮ ਕਰਕੇ ਹੀ ਪੈਸੇ ਕਮਾਉਂਦੀ ਸੀ ਤੇ ਹੁਣ ਵੀ ਉਹੀ ਕਰਾਂਗੀ ਮੈਂ ਕਦੀ ਪੈਸੇਆਂ ਕਰਕੇ ਕੋਈ ਗਲਤ ਕੰਮ ਨਹੀਂ ਕਰਿਆ ਤੇ ਨਾ ਹੀ ਕਦੀ ਕਰਾਂਗੀ ਮੈਂ ਕਦੇ ਵੀ ਬਾਕੀਆਂ ਵਾਂਗੂ ਸਿਚੁਏਸ਼ਨਸ ਦੇ ਕੇ ਕੰਟਰੋਵਰਸੀ ਨਹੀਂ ਕਰੀ ਕਿ ਚਾਹੀਦਾ ਹੀ ਨਹੀਂ ਸੀ ਪਰ ਹੋਂ ਜੋ ਰੱਬ ਨੇ ਕੀਤਾ ਦਿੱਤਾ ਮੈਂ ਉਸ ਨੂੰ ਵੀ ਰਿਸੈਪਟ ਕਰਕੇ ਅੱਗੇ ਵਧਣ ਦਾ ਸੋਚਿਆ ਹੋਪ ਕਰਦੀ ਹਾਂ ਤੁਸੀਂ ਸਾਰੇ ਮੇਰੇ ਦੁੱਖ ਨੂੰ ਸਮਝੋਗੇ ਤੇ ਉਹ ਕਲਿੱਪਸ ਜ਼ਿਆਦਾ ਵਾਇਰਲ ਕਰਨੀਆਂ ਬੰਦ ਕਰੋਗੇ ਬਹੁਤ ਮਿਹਰਬਾਨੀ ਹੋਵੇਗੀ ਸਭ ਲੋਕਾਂ ਦੀ ਤੇ ਪੇਜ ਵਾਲਿਆਂ ਦੀ ਵੀ